बंद करा दियो बंद कर दे ओ फाइन मार ओ यार अम्मी दा वास्ते बंद करा दे ओ मेरी उल्टी आई नहीं है बस कर दे ओ मैं ओए किथे बस कीती हो भाई लो जी नाज़रीन एक ऐ झूला वा आओ भी अगे मिठा दानिश माने अगे आ यार माने ते ड्रामे ना कर आ जा जान ले भाई डर ना चलो बैठो इत्थे चढ़ो इधरों दी जाओ चलो चलो जाओ जाओ ओ लत बांह चल तेरे नाल ही ले चल लत बांह तो अलावा कुछ भी नहीं है मोछा ही पैना इत्थे बस कोई रोला नहीं चलो चलो मैं भी नाल ही हां आजो आजो मैं तेनू कहना तू इत्थे बह मेरे नाल रिया पता की कर मेरी सुन लो एक मिनट पहले मेरी और तू जरा दिल दा कमजोर आ मेनू पता बह इत्थे असि भी नाल ही बह रहे हां जी अभी कुछ हो जाऊ ओए असि बैठे नहीं नाल बह इत्थे इन्हें मैं तेनू दसदा की करना बह इत्थे बह पहले ਇਧਰ ਬੈ ਇਧਰ 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 ਸਾਡੇ ਵਿੱਚ 2 ਮਿੰਟ ਉਸ ਤੋਂ ਬਾਅਦ ਰੂਹ ਪ੍ਰਵਾਸ ਕਰ ਜਣੀ ਬਸ ਰਿਸ਼ਤੇਦਾਰਾਂ ਦਾ ਦੱਸ ਦੇ ਕੀ ਕਹਿਣਾ ਮੋ ਬਾਜੀ ਮੈਂ ਨਹੀਂ ਖੜਾ ਰਹਿ ਰਿਹਾ ਤੈਨੂੰ ਗੱਲ ਕਰ ਅੱਛਾ ਚੱਲ ਜਾ ਉੱਥੇ ਚੱਲ ਲੈ ਕਿੱਥੇ ਜਾਣਾ ਤੂੰ ਬਾਹਰ ਪੁੱਠੀ ਤਾਂ ਨਹੀਂ ਨਾ ਹੁੰਦਾ ਇਹਨਾਂ ਨੇ ਪੁੱਠਾ ਤਾਂ ਨਹੀਂ ਹੁੰਦੀ ਬਾ ਠੀਕ ਆ ਲੈ ਕੁਛ ਵੀ ਨਹੀਂ ਆ ਲੈ 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 ਕੁਛ ਵੀ ਨਹੀਂ ਆ ਕੁਛ ਵੀ ਨਹੀਂ ਮਿੱਠੇ ਲੈ 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 ਉਹ ਪਾਸੇ ਲੈ ਉਹ ਬੰਦ ਕਰ ਦੇ ਤੇ ਤੇਰੀ ਮਾਰ ਕੇ ਮੇਰਾ ਸੀਨਾ ਗਿਆ ਬਣਿਆ ਉਸਤਾਦ ਜੀ ਤੁਹਾਡਾ ਪੀਣਾ ਕਰੇਗਾ ਸਾਡੀ ਮਾਰ ਉਹ ਪ੍ਰਾਪਤ ਕਰਾ ਉਹ ਬੰਦ ਕਰ ਓਏ ਪਾਸੇ ਉਹ ਬੰਦ ਕਰ ਉਹ ਰੋਕ ਉਹ 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 ਬੰਦ ਉਹ ਬੰਦ ਤਾਂ ਜੀ ਮੇਰੇ ਪੁਣੀਆ ਤਾਂ ਜੀ ਮੇਰੇ ਪੁਣੀਆ ਕਾਸ਼ ਵਧੀਆ ਓਏ ਹੋ ਰਗਾ ਇਹ ਕਿ ਝੂਟਾ ਬਹੁਤ ਆ ਓਏ ਕਿ ਬੋਲਣਾ ਮੈਂ ਮਰ ਗਿਆ ਤੁਹਾਡੀ ਬਾਤ ਬੰਦ ਕਰ ਦੇ ਉਸਤਾਦ ਓਏ ਉਸਤਾਦ ਜੀ ਬੰਦ ਕਰਾ ਦਿਓ ਬੰਦ ਕਰ ਦੇ ਓ ਓ ਫਾਈਨ ਮਾਰ ਓ ਯਾਰ ਅੰਮੀ ਦਾ ਵਾਸਤੇ ਬੰਦ ਕਰਾ ਦੇ ਓ ਮੇਰੀ ਉਲਟੀ ਆਈ ਨਹੀਂ ਆ ਬੰਦ ਕਰ ਦੇ ਓ ਮੈਂ ਓਏ ਕਿੱਥੇ ਬੰਦ ਕੀਤੀ ਓ ਭਾਈ ਹਲੋ ਥੱਲੇ ਬੰਦ ਕਰੀ ਓ ਮੈਂ ਸੀਰੀਅਸ ਮੈਂ ਯਾਰ ਓ ਓ ਯਾਰ ਜਾ ਕੀ ਗੱਲਾਂ ਮਜ਼ਾਕ ਆ ਅਦੀ ਲੂਮਾ ਨੇ ਠੀਕ ਆ ਕੁਛ ਵੀ ਨਹੀਂ ਹੋਇਆ ਕਿੰਨਾ ਮੈਂ ਸੀਰੀਅਸ ਆ ਕੰਮ ਤੋਂ ਰਜ਼ੈਨ ਦੇਣ ਲਈ ਕੀ ਕਹੀਦਾ ਵਾ ਮਿੱਠਾ ਜੀ ਜੱਟ ਆਦਮੀ ਅਬਰ ਐਂਜਨ ਤੇ ਸਿਰਫ ਹੋਈ ਕੀ ਤੈਨੂੰ ਮੰਨ ਲੈ ਕੇ ਕਿਤੇ ਅੱਲਾ ਮਾਫੀ ਦੇਵੇ ਕਿਤੇ ਹੋਰ ਨਿਕਲ ਗਈ ਆ ਕੱਲ ਤੋਂ ਮਸਜਿਦ ਜਾਣਾ ਤੁਸੀਂ ਮੈਨੂੰ ਮਰਾਸੀ ਕਹਿ ਲਿਆ ਕਰੋ ਹਲਫੀਆ ਬਿਆਨ ਹੋਣਗੇ ਇਹ ਤਾਂ ਮਾਰ ਕੇ ਜੱਟ ਓ ਯਾਰ ਕੀ ਮਾੜਾ ਮਾੜਾ ਬੱਚੇ ਬੈਂਦੇ ਤੇ ਜਿਹੜੇ ਬੱਚੇ ਪੈ ਜਾਂਦੇ ਆ ਮਾੜਾ ਮਾੜਾ ਚੱਕ ਚੱਕ ਮਾਰਨ ਦੇ ਉਹ ਚੱਕ ਚੱਕ ਕਿਤੇ ਮਤਲਬ ਬੱਚੇ ਬੈਂਦੇ ਮਾੜੇ ਮਾੜੇ ਬੱਚੇ 2-2 ਸਾਲ ਦੇ ਬੱਚੇ ਇੰਜੋਏ ਕਰਦੇ ਆ ਅਗਰ 10 ਬੱਚੇ ਬੈਂਦੇ ਵਿੱਚੋਂ ਮਤਲਬ ਨਿਕਲਦਾ ਵੀ ਇੱਕ ਹੀ ਆ 9 ਪੁਰਨਮ ਹੋ ਜਾਂਦੇ ਨਹੀਂ ਪੁਰਨਮ ਹੁੰਦੇ ਹਾਂ ਮਰਵਾਰ ਸਾਨੂੰ ਫੈਰ ਮਾਰ ਦੋ ਇੱਧਰ ਵੇਖ ਪਤਾ ਹੀ ਨਹੀਂ ਮੇਰਾ ਕੰਮ ਤੋਂ ਜਵਾਬ ਆ ਮੈਂ ਹੋਰ ਕਿਤੇ ਨੌਕਰੀ ਮੈਂ ਹਲੀਮ ਦੀ ਰੇੜੀ ਲਾ ਲੈਣੀ ਡਨ ਹੋ ਗਿਆ ਚਲੋ ਠੀਕ ਆ ਇੱਕ ਵਾਰੀ ਹੋਰ ਝੂਟਾ ਲੈ ਲਓ ਤੇ ਕੰਮ ਤੇ ਜਵਾਬ ਮੈਨੂੰ ਮਾਫ ਕਰ ਦਿਓ ਮੈਂ ਬਸ ਅਸੀਂ ਡਰੇ ਨਹੀਂ ਹੈਂ ਅਸੀਂ ਡਰੇ ਨਹੀਂ ਲਓ ਜੀ ਨਾਜ਼ਰੀਨ ਐਰ ਕੀ ਆ ਅਸੀਂ ਫੇਰ ਆਉਣਾ ਇੱਕ ਰੀਤ ਨਾਲ ਤੇ ਤੁਸੀਂ ਆਉਣਾ ਨਹੀਂ ਨਹੀਂ ਆਉਣਾ ਵਾ ਸਾਲੇ ਇੱਥੇ ਭੂਤ ਬੰਗਲਾ ਰਹਿੰਦਾ ਵਾ ਆ ਤੋ ਕਜਨ ਲੈ ਜੋ ਹਲੇ ਇੱਥੇ ਹੋਰ ਕਿੰਨਾ ਕੁਝ ਰਹਿੰਦਾ ਅਸੀਂ ਹਰ ਸ਼ੋਅ ਦਾ ਨਾ ਇੱਕ ਪਾਰਟ ਇੱਥੇ ਉੱਤੇ ਕਰਿਆ ਕਰਨਾ ਸੀ ਭਾਈ ਅਸੀਂ ਇੰਜੋਏ ਕਰਨਾ ਭਾਈ ਅਸੀਂ ਵੀ ਇੰਜੋਏ ਕਰਨਾ ਸਾਡਾ ਵੀ ਦਿਲ ਕਰਦਾ ਮਾਫੀ ਦੇ ਦਿਓ ਹਾਂ ਅਸੀਂ ਇਹ ਗੇਮਾਂ ਵੀ ਖੇਡਣੀ ਆ ਸਾਰਾ ਅਸੀਂ ਹੁਣ ਇੱਥੇ ਹੀ ਅਸੀਂ ਜਾਨ ਨਹੀਂ ਛੱਡਣੀ ਇਹਦੀ ਓਏ ਹੋਏ ਜੋ ਡਰ ਵਾਲਾ ਕੰਮ ਇੱਥੇ ਆ ਯਾਰ ਟਾਈਮ ਪੂਰਾ ਆ ਗਿਆ ਲੈ 2 ਗੇਮਾਂ ਦਾ ਟਾਈਮ ਗ੍ਰੈਂਡ ਐਟਰੀਅਮ ਮੈਨੂੰ ਨਾਮ ਯਾਦ ਹੋ ਗਿਆ 2 ਸਾਲ ਦੇ ਵਿੱਚ ਮੈਂ ਸਿਰਫ ਇਹਦਾ ਨਾਮ ਯਾਦ ਕੀਤਾ ਗ੍ਰੈਂਡ ਐਟਰੀਅਮ ਗ੍ਰੈਂਡ ਐਟਰੀਅਮ ਜਿਹਦੇ ਸਭ ਤੋਂ ਉੱਪਰ ਵੀ ਗਏ ਸੀ ਥੱਲੇ ਵੀ ਗਏ ਸੀ ਦਰਮਿਆਨ 'ਚ ਵੀ ਗਏ ਸੀ ਅੱਜ ਫਿਰ ਅਸੀਂ ਇੱਥੇ ਔਰ ਹਮੇਸ਼ਾ ਦੀ ਤਰ੍ਹਾਂ ਮੈਂ ਪਲਿਆ ਖਾਵਾਂਗਾ ਬੜਾ ਅਦਰ ਬੇਟੇ ਕਿੰਨੇ 250 ਓ 250 250 ਆ ਦੇਖੋ ਜੀ ਆ 250 ਰੁਪਏ ਮੇਰੇ ਕੋਲੋਂ 250 ਰੁਪਇਆ 250 ਰੁਪਇਆ ਕਿਉਂ ਯਾਰ ਇੰਨੇ ਪੈਸੇ ਕਿਆ ਤੋਂ ਇਹ ਤੁਹਾਨੂੰ ਪਤਾ ਹੀ ਤਾਂ ਰੈਂਟ ਵੀ ਦੇਣਾ ਵਾ ਤੇ ਨਾਲੇ ਉਹ ਓਪਾ ਤੇ ਲਈਦੇ ਆ ਇਸ ਵਾਸਤੇ ਥੋੜਾ ਜਿਹਾ ਰੈਂਟ ਮੇਰੇ ਕੋਲ ਲੈ ਲੈਣਾ ਵਾ ਸਾਰਾ ਨਹੀਂ ਮੈਂ ਇੱਥੇ ਵਰਕਰ ਆ ਤੇ ਉਹਨਾਂ ਨੇ ਮੇਰਾ ਵੀ ਤਾਂ ਖਰਚਾ ਕੱਢਣਾ ਨਾ ਵਿੱਚੋਂ ਹੀ ਵਰਕਰ ਆ ਤੂੰ ਹਾਂਜੀ ਅੱਛਾ ਤੇਰਾ ਵੀ ਵਿੱਚ ਖਰਚਾ ਕੱਢਣਾ ਉਹਨਾਂ ਨੇ ਉਹਨਾਂ ਨੇ ਵਿੱਚ ਹੀ ਖਰਚਾ ਕੱਢਣਾ ਸਮਝ ਮੇਰੇ ਹਿਸਾਬ ਨਾਲ ਜ਼ਿਆਦਾ ਤੋਂ ਜ਼ਿਆਦਾ ਨਾ ਤੈਨੂੰ ਮਹੀਨੇ ਤੇ ਆਗੇ ਰੋਜ਼ ਤੇ ਹਾਂ ਮਹੀਨੇ ਤੇ ਮਹੀਨੇ ਤੈਨੂੰ ਜ਼ਿਆਦਾ ਤੋਂ ਜ਼ਿਆਦਾ ਉਹ 20,000 ਰੁਪਏ ਦਿੰਦੇ ਹੋਣੇ ਮਹੀਨੇ ਹਾਂ ਤਕਰੀਬਨ ਇਤਨੇ ਹਾਂ ਤੇ ਐਡਾ ਕਿਹੜਾ ਕੱਢਾ 250 ਦਾ ਇੱਕ ਆ 8-9 ਤੋਂ ਮੇਰੇ ਸਾਹਮਣੇ ਵੇਚਤੀਆਂ ਹੁਣੇ ਹਾਂ ਉਹ ਫਿਰ ਇਦਾਂ ਹੀ ਆ ਨਾ ਖਰਚਾ ਫਿਰ ਨਾਲ ਪ੍ਰੋਫਿਟ ਤੇ ਕੱਢਣਾ ਉਹ ਇਹ ਕਿਹੜਾ ਕੰਮ ਆ ਉਤੋਂ ਛੱਲੀਆਂ ਲੈ ਆ ਬਣਾ ਕੇ ਆਪਣਾ ਅੱਡਾ ਲਾ ਲਾ ਉੱਥੇ ਸਾਹਮਣੇ ਫਿਰ ਉਹ ਵਿਕਣੀਆਂ ਵੀ ਨਹੀਂ ਨਾ ਇਦਾਂ
ਐਦਾਂ ਨਹੀਂ ਨਾ ਵਿਕਣੀ ਨਹੀਂ ਨਹੀਂ ਹੱਥ ਤੂੰ ਧੋ ਲੇਗਾ ਅੱਛੀ ਤਰ੍ਹਾਂ ਤੇ ਵਿਕ ਜਾਣੀ ਹੈ 250 ਰੁਪਏ ਯਾ ਓਨਲੀ 250 ਮੈਂ ਦੇ ਨਾਲ ਲੋ ਜੀ ਨਾਜ਼ਰੀਨ ਭਾਈ ਜਾਨ ਗੱਲ ਇਹ ਹੈ ਅੱਜ ਤੁਹਾਡਾ ਇਮਤਿਹਾਨ ਆ ਠੀਕ ਹੈ ਜੀ ਤੇਰਾ ਵੀ ਠੀਕ ਹੈ ਜੀ ਤੇਰਾ ਵੀ ਜੀ ਠੀਕ ਹੈ ਠੀਕ ਹੈ ਜੀ ਓਕੇ ਤੁਹਾਡਾ ਇਮਤਿਹਾਨ ਇਹ ਹੈ ਕਿ ਤੁਸੀਂ ਹੁਣ ਅੱਗੋਂ ਐਂਕਰ ਬਣਨਾ ਮੇਰੀ ਸੀਟ ਸੰਭਾਲਣੀ ਆ ਇਹ ਸਾਰੀ ਜ਼ਿੰਦਗੀ ਮੈਂ ਹੀ ਨਹੀਂ ਕਰੀ ਜਾਣਾ ਅਤੇ ਤੁਸੀਂ ਆਰਾਮ ਨਾਲ ਮੇਰੇ ਕੋਲ ਲੰਗਰ ਨਹੀਂ ਖਾਈ ਜਾਣਾ ਬਸ ਆਰਾਮ ਨਾਲ ਅੱਗੋਂ ਹੁਣ ਤੁਸੀਂ ਤੁਹਾਡਾ ਟੈਸਟ ਆ 5-5, 7-7 ਮਿੰਟ ਸਾਰਿਆਂ ਨੇ ਐਜ਼ ਏ ਹੋਸਟ ਰੋਡ ਸ਼ੋਅ ਕਰਨਾ ਅਤੇ ਮੈਨੂੰ ਮੈਂ ਦੇਖਾਂਗਾ ਵੀ ਕੀ ਕਰਨਾ ਠੀਕ ਆ ਜੀ ਮੈਂ ਇੱਥੇ ਬੈਠਾ ਵਾਂ ਮੈਨੂੰ ਆ ਕੇ ਰਿਪੋਰਟ ਦੇਗਾ ਪ੍ਰੋਡਿਊਸਰ ਸਾਰਾ ਆ ਕੇ ਤੁਸੀਂ ਸਭ ਤੋਂ ਪਹਿਲੇ ਮਿੱਠਾ ਜਾਏ ਸਭ ਤੋਂ ਪਹਿਲੇ ਮਿੱਠਾ ਜਾਏਗਾ ਠੀਕ ਆ ਜੀ ਇੱਦਾਂ ਹੀ ਕੱਪ ਫੜ ਕੇ ਨਹੀਂ 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 ਇਹ ਮੇਰਾ ਸਟਾਈਲ ਆ ਤੂੰ ਆਪਣਾ ਸਟਾਈਲ ਲਿਆਉਣਾ ਕੋਈ ਮੇਰੀ ਕਾਪੀ ਨਹੀਂ ਕਰਨੀ ਫਿਰ ਉਹ ਤੁਸੀਂ ਆਪਣਾ ਕਾਰਡ ਵੀ ਮੈਨੂੰ ਦਿਓ ਮੈਂ ਦੇਖੋ ਸਟਾਈਲ ਆਪਣਾ ਕਾਰਡ ਨਹੀਂ ਜਿਹੜੇ ਏਟੀਐਮ ਬੰਦੇ ਦੋ ਦੇਖੋ ਮੈਂ ਸਟਾਈਲ ਕੈਸਾ ਲੈ ਕੇ ਆਉਣਾ ਤੁਸੀਂ ਸ਼ੋਅ ਕਰਨਾ ਵਾ ਸਾਜੀ ਸ਼ੋਅ ਹੁਣ ਨਾਲ ਮੇਦਰ ਨਹੀਂ 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 ਤੁਸੀਂ ਕੁਝ ਖਾਣਾ ਆ ਖਾ ਲੈਣਾ ਲੇਕਿਨ ਤੁਸੀਂ ਉਸ ਤੋਂ ਬਾਅਦ ਹਰ ਬੰਦੇ ਨੂੰ ਇਜਾਜ਼ਤ ਨਹੀਂ ਦਿੰਦੀ ਆਵਾਮ ਸਰ ਮੈਂ ਇਹ ਮੈਂ ਆਪਣੀ ਬਣਾਈ ਆਵਾਮ ਦੇ ਵਿੱਚ ਨਿਜ਼ਾਮ ਕਿ ਮੈਂ ਕੁਛ ਵੀ ਕਰ ਸਕਦਾ ਉਹ ਕਹਿੰਦੇ ਯਾਰ ਚੱਲ ਕੋਈ ਨਹੀਂ ਤੁਸੀਂ ਆਪਣਾ ਬਣਾਓ ਤੁਸੀਂ ਮੇਰੇ ਵਾਲੀ ਕਾਪੀ ਕਰੋਗੇ ਤਾਂ ਛਿੱਤਰ ਪੈਣਗੇ ਤੁਹਾਨੂੰ ਚਲੋ ਆਹ ਲਾਓ ਭੈਣ ਲਓ ਜੀ ਨਾਜ਼ਰੀਨ ਉਹ ਕਹਿੰਦੇ ਹੁੰਦੇ ਨੇ 7 ਤੋਂ ਬਾਅਦ ਸ਼ਗੀਰ ਤੋਂ ਬਾਅਦ ਇੱਦਾਂ ਚਲੋ ਜ਼ਰਾ ਰੋਡ ਸ਼ੋਅ ਕਰਕੇ ਆਓ ਥੋੜ੍ਹਾ ਠੀਕ ਹੈ ਜੀ ਠੀਕ ਹੈ ਇਹਨੂੰ ਕਿਉਂ ਤੂੰ ਨਾਲ ਰੱਖਣਾ ਵਜਾ ਇਹਨੂੰ ਮੈਂ ਇਸ ਤੋਂ ਇਮਦਾਦੀ ਪੈਕੇਜ ਜਿੱਥੇ 1500 ਇਕੱਠਾ ਹੋ ਗਿਆ 5000-10000 ਬਣ ਲੰਗਾ ਕੋਈ ਟੈਨਸ਼ਨ ਨਹੀਂ ਇਹਨੂੰ ਦਹਾ ਕੇ ਇਕੱਠਾ ਕਰ ਲਾ ਇਹਨੂੰ ਉੱਥੋਂ ਵੀ ਅਸੀਂ ਘਰ ਚੱਲ ਜਾਵਾਂਗੇ ਠੀਕ ਹੈ ਉਹੋ ਕੈਸਾ ਚੂਹਾ ਜਵਾਨ ਹੋਇਆ ਇੱਕ ਮਿੰਟ ਗੱਲ ਸੁਣਨੀ ਪਈ ਨਹੀਂ ਇਹਨੂੰ ਨਾਲ ਰੱਖਣ ਦਾ ਮਕਸਦ ਇਹ ਹੈ ਵੈਸੇ ਆਟੋ ਮੰਗਾ ਕਸ਼ੀ ਕਰੇਗਾ ਮੰਗਾ ਕਸ਼ੀ ਨਹੀਂ ਚਲੋ ਜਾਓ ਸ਼ਾਬਾਸ਼ ਇਹ ਪੜੋ ਇਹ ਤੁਸੀਂ ਜਿਹਦੇ ਨਾਲ ਗੱਲ ਕਰਨੀ ਉਹਦੇ ਅੱਗੇ ਕਰ ਦੇਣਾ ਜੀ ਇਹ ਤੁਸੀਂ ਆਪਣੇ ਲਈ ਰੱਖਣਾ ਜੀ ਠੀਕ ਹੈ ਠੀਕ ਹੋ ਗਿਆ ਹਾਂ ਚਲੋ ਜ਼ਰਾ 5 ਮਿੰਟ ਦਾ ਤੁਹਾਡੇ ਕੋਲ 5 ਮਿੰਟ ਦੇ ਵਿੱਚ ਤੁਸੀਂ ਕਰਨਾ ਵਾਲੇਕੁਮ ਸਲਾਮ ਓਕੇ ਨਿਕਲੋ ਧਿਆਨ ਨਾਲ ਛਿੱਤਰ ਨਾ ਖਾਲੀ ਚਲੋ ਚਲੋ ਉਹ ਨਹੀਂ ਪੈਂਦੇ ਉਹ ਜਿੱਥੇ ਅੱਛਾ ਰਿਜ਼ਲਟ ਅੱਛਾ ਰਿਜ਼ਲਟ ਚਲੋ ਅੱਛਾ ਇਹ ਕੈਮਰਿਆਂ ਦਾ ਹੋਣਾ ਜੀ ਮੈਂ ਨਾਲ ਹੀ ਨਜ਼ਰ ਨਹੀਂ ਹੋਣਾ ਹੈਗਾ ਆ ਨਾਲ ਹੀ ਹੈ ਜੀ ਮੇਰੇ ਇਹਨਾਂ ਵੀ ਨੂੰ ਇਹ ਹੈਂਡਲ ਤੂੰ ਕਰਨਾ ਕਿ ਭਾਈ ਸਾਈਡ ਤੇ ਰਵੋ ਸਾਰਾ ਪੂਰਾ ਮੈਨੇਜ ਕਰਨਾ ਅੱਛਾ ਸ਼ੋਅ ਵੀ ਅੱਛਾ ਕਰਨਾ ਕਿਸੇ ਦੁਕਾਨਦਾਰ ਨਾਲ ਕਿਸੇ ਫੈਮਿਲੀ ਨਾਲ ਕਿਸੇ ਨਾਲ ਗੱਲਬਾਤ ਸਵਾਲ ਜੋ ਮਰਜ਼ੀ ਐ ਤੂੰ ਕਰ ਫਿਰ 41 ਵਾਲਿਆਂ ਨੂੰ ਕਹਿ ਕੇ ਸਟਾਰ ਜੀ ਦਾ ਪਤਾ ਘਟਾ ਦੇਾਂਗੇ ਆਪਾਂ ਕਰਾਂਗੇ ਲੈ ਵੀ ਮੈਂ ਜਿੱਧਰ ਜਾਣਾ ਤੂੰ ਝਾੜੂ ਮਾਰਨਾ ਤੂੰ ਸੀ ਵੀਡੀਓ ਨਹੀਂ ਬਣਨ ਦੇਣੀ ਠੀਕ ਹੈ ਜੀ ਓਕੇ ਚੈਨਲ ਨੂੰ ਜਾਸਨੀ ਤੂੰ ਲੰਮਾ ਪੈਣਾ ਉੱਥੇ ਓਹੋ ਲੰਮਾ ਪੈਣਾ ਬਾ ਕੀ ਓਏ ਇਹਦੇ ਚ ਕਿੱਥੋਂ ਕੰਨੇ ਆ ਤੂੰ ਅਸਲਾਮ ਅਲੈਕੁਮ ਸਰ ਵਾਲੇਕੁਮ ਸਲਾਮ ਸਰ ਤਬੀਅਤ ਸੇ ਅੱਲਾ ਦਾ ਸ਼ੁਕਰ ਸਰ ਵੀਡੀਓ ਨਹੀਂ ਬਣਾਣੀ ਮੈਂ ਆਪੀ ਕਿਹਾ ਤੇ ਵੀਡੀਓ ਨਹੀਂ ਬਣਾਣੀ ਸਰ ਵੀਡੀਓ ਬਣ ਗਿਆ ਤੁਸੀਂ ਜੀ ਆ ਜਾਓ ਸਰ ਪਹਿਲੇ ਤੇ ਤੁਸੀਂ ਦੱਸੋ ਭਾਈ ਤੁਹਾਨੂੰ ਕਿਹਦਾ ਲੱਗ ਰਿਹਾ ਬਿਹਤਰੀਨ ਲੱਗ ਰਿਹਾ ਨੇ ਓਹੋ ਬਿਹਤਰੀਨ ਆਇਆ ਇਹਨੂੰ ਬਿਹਤਰੀਨ ਕਹਿੰਦੇ ਮੈਂ ਤੇ ਹਸਾਨ ਆ ਫਿਰ ਸ਼ਾਹਰੁਖ ਆਈ ਆ ਜੀ ਸ਼ਾਹਰੁਖ ਆਈ ਸਰ ਹੈ ਹੀ ਸ਼ਾਹਰੁਖ ਆਉ ਤੁਸੀਂ ਇੱਥੇ ਕੀ ਕਰਦੇ ਹੋ ਇੱਥੇ ਵੈਸੇ ਹੀ ਸੈਰ ਕਰਨਾ ਇੱਕ ਮਿੰਟ ਭਰਾ ਇਹਨੂੰ ਲੈ ਕੇ ਚਾਲੋ ਫਰਾਤ ਰਾ ਕੇ ਲਿਆ ਦਰਾ ਜਾ ਇਹ ਸਾਲ ਹੈ ਓਏ ਖੋ ਜਾ ਇੱਥੇ ਕੀ ਕਰਦੇ ਹੋ ਵੈਸੇ ਹੀ ਆਏ ਆ ਵਿਜ਼ਿਟ ਕਰਨਾ ਤੁਸੀਂ ਮੈਨੂੰ ਇੱਕ ਸਵਾਲ ਦਾ ਜਵਾਬ ਦੇਣਾ ਜੀ ਕਿ ਜਿਹੜਾ ਰੇਸ਼ਮ ਦਾ ਕੀੜਾ ਹੁੰਦਾ ਵਾ ਇੱਕ ਟਾਈਮ 'ਚ ਕਿੰਨੀ ਰੇਸ਼ਮ ਪੈਦਾ ਕਰਦਾ ਇੱਕ ਤਾਂ ਮੈਨੂੰ ਸਮਝ ਨਹੀਂ ਆਉਂਦੀ ਕਿ ਤੁਸੀਂ ਨਾ ਮੈਨੂੰ ਕੋਈ ਐਂਕਰ ਲੱਗਦੇ ਹੋ ਨਾ ਕਿਸੇ ਸਾਈਡ ਤੋਂ ਤੁਸੀਂ ਮੈਨੂੰ ਕੋਈ ਇੰਟਰਵਿਊ ਕਰਨ ਵਾਲੇ ਲੱਗਦੇ ਹੋ ਤੁਹਾਨੂੰ ਤਮੀਜ਼ ਹੀ ਨਹੀਂ ਹੈ ਬੋਲਣ ਦੀ ਤੁਹਾਡੇ ਨਾਲ ਕੀ ਗੱਲ ਕਰਾਂ ਤਾਂ ਆਪਣੇ ਕਿਸੇ ਉਸਤਾਦ ਨੂੰ ਲੈ ਕੇ ਆਓ ਇੱਕ ਹੁਣ ਉਸਤਾਦ ਨੂੰ ਉਸਤਾਦ ਜੀ ਉਸਤਾਦ ਨੂੰ ਲੈ ਕੇ ਉਹ ਬੁਲਾਉਂਦੇ ਆ ਬਾਈ ਕੋਣ ਆਇਆ